ਲੈਂਦੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਅਲਮਦਾਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਅੰਤਾਂ ਦੀ ਮੁਹੱਬਤ ਕਰਨ ਵਾਲੇ ਅਮੀਨ ਮਲਿਕ ਨਹੀਂ ਰਹੇ। ਉਹ ਕੈਂਸਰ ਤੋਂ ਪੀੜਿਤ ਸੀ। ਉਹ ਆਪਣੇ ਮਿੱਤਰਾਂ ਨਾਲ ਕੇਵਲ ਅਤੇ ਕੇਵਲ ਖੁਸ਼ੀਆਂ ਹੀ ਸਾਂਝੀਆਂ ਕਰਦਾ ਸੀ ਅਤੇ ਦੁੱਖ ਇਕੱਲਿਆਂ ਸਹਿੰਦਾ ਸੀ। ਵੰਡ ਦੇ ਦਰਦ ਭਰੇ ਅਫਸਾਨੇ ਸੁਣਾਉਂਦਾ, ਉਹ ਖੁਦ ਵੀ ਜ਼ਾਰ ਜ਼ਾਰ ਰੋਂਦਾ ਅਤੇ ਅਗਲੇ ਨੂੰ ਵੀ ਨਾਲ ਬਹਾ ਕੇ ਲੈ ਜਾਂਦਾ ਸੀ। ਉਹ ਅਖੀਰ ਇਸ ਰੋਗ ਹੱਥੋਂ ਹਾਰ ਗਿਆ। ਉਹ ਅਜੇ ਪਿਛਲੇ ਵਰ੍ਹੇ ਹੀ ਬਲੈਤ ਤੋਂ ਅੰਮ੍ਰਿਤਸਰ ਆਇਆ ਸੀ। ਉਹ ਯਾਰਾਂ ਬੇਲੀਆਂ ਨੂੰ ਮਿਲਣ ਅਤੇ ਪੁਸਤਕ ਦੀ ਘੁੰਡ ਚੁਕਾਈ ਕਰਾਉਣ ਆਇਆ ਸੀ। ਉਹ ਮਿੱਠੀ ਅਤੇ ਸੁਰੀਲੀ ਪੰਜਾਬੀ ਜ਼ੁਬਾਨ ਬੋਲਦਾ ਅਤੇ ਉਸ ਵਿੱਚ ਹੀ ਅਫਸਾਨਾ ਨਿਗਾਰੀ ਅਤੇ ਹੋਰ ਮਜ਼ਮੂਨ ਲਿਖਦਾ ਸੀ। ਉਸ ਨੇ ਰੱਜ ਕੇ ਲਿਖਿਆ ਅਤੇ ਉਸ ਨੂੰ ਪੰਜਾਬੀਆਂ ਨੇ ਬੇਪਨਾਹ ਮੁਹੱਬਤ ਕੀਤੀ, ਚਾਹੇ ਉਹ ਚੜ੍ਹਦੇ ਪੰਜਾਬ ਦੇ ਪੰਜਾਬੀ ਹੋਣ ਅਤੇ ਚਾਹੇ ਫਿਰ ਲਹਿੰਦੇ ਪੰਜਾਬ ਦੇ। ਉਸ ਨੇ ਚਾਰ ਦਹਾਕਿਆਂ ਤੋਂ ਠੇਠ ਠੁੱਕਦਾਰ ਅਤੇ ਖਾਲਿਸ ਪੰਜਾਬੀ ਲਿਖ ਕੇ ਦੋਵਾਂ ਪੰਜਾਬਾਂ 'ਚ ਚੌਖੀ ਸ਼ੋਹਰਤ ਕਮਾਈ। ਉਹ ਹਮੇਸ਼ਾ ਬੇਲਿਹਾਜ਼ ਹੋ ਕੇ ਲਿਖਦਾ ਸੀ। ਉਸ ਨੇ ਆਪਣੀ ਲੇਖਣੀ ਨਾਲ ਕਈ ਮਿੱਤਰ ਬਣਾਏ ਅਤੇ ਕਈਆਂ ਨਾਲ ਆਡਾ ਵੀ ਲਾਇਆ। ਉਸ ਦੀਆਂ ਪੰਜਾਬੀ ਜ਼ੁਬਾਨ ਬਾਰੇ ਲਿਖਤਾਂ ਅਕਸਰ ਭਾਵੁਕ ਕਰਦੀਆਂ ਅਤੇ ਜ਼ਹਿਨ ਨੂੰ ਵੀ ਹਲੂਣਦੀਆਂ। ਦੇਸ਼ ਵੰਡ ਦਾ ਜ਼ਿਕਰ ਕਰਦਿਆਂ ਉਸ ਦੇ ਨੈਣ ਅਕਸਰ ਛਲਕ ਜਾਂਦੇ। ਉਸ ਦਾ ਨਵਾਂ ਲਿਖਿਆ ਨਾਵਲ ਅੱਥਰੀ ਸ਼ਾਹਮੁਖੀ ਅਤੇ ਗੁਰਮੁਖੀ ਦੋਵਾਂ ਲਿਪੀਆਂ 'ਚ ਛਪਿਆ ਅਤੇ ਪੜ੍ਹਿਆ ਵੀ ਗਿਆ। ਅਮੀਨ ਪਿਆਰ, ਮੁਹੱਬਤ, ਦੋਸਤੀ ਅਤੇ ਮਿੱਤਰਤਾ ਦਾ ਵਣਜਾਰਾ ਸੀ। ਉਹ ਦੋਵਾਂ ਪੰਜਾਬਾਂ ਦੀ ਤਰੱਕੀ ਨੂੰ ਅਮਨ ਅਤੇ ਮਿੱਤਰਤਾ ਨਾਲ ਨੱਥੀ ਕਰਕੇ ਵੇਖਦਾ ਸੀ। ਉਸ ਦੇ ਆਉਣ ਦੀ ਖਬਰ ਪੜ੍ਹਦਿਆਂ ਹੀ ਮਿੱਤਰਾਂ ਬੇਲੀਆਂ ਨੂੰ ਚਾਅ ਚੜ੍ਹ ਜਾਂਦਾ। ਉਹ ਕਈ ਵਾਰੀ ਵਲੈਤੋਂ ਲੰਮੇ ਲੰਮੇ ਫੋਨ ਕਰਦਾ ਅਤੇ ਠਾਕੇ ਮਾਰ ਮਾਰ ਕੇ ਹੱਸਦਾ ਸੀ। ਉਸ ਦੀ ਜੁਗਤ ਕਰਨ ਦਾ ਅੰਦਾਜ਼ ਵੱਖਰਾ ਸੀ। ਉਸ ਦਾ ਜਿਸਮ ਭਾਵੇਂ ਵਿਦੇਸ਼ ਵਿੱਚ ਹੁੰਦਾ ਪਰ ਦਿਲ ਪੰਜਾਬ 'ਚ ਹੁੰਦਾ ਸੀ। ਉਹ ਦੋਵਾਂ ਪੰਜਾਬਾਂ ਵਿੱਚ ਇਉਂ ਵਿਚਰਦਾ ਜਿਵੇਂ ਵਾਰਿਸ ਦੀ ਹੀਰ ਬੇਲੇ 'ਚ ਵਿਚਰਦੀ ਹੋਵੇ। ਉਸ ਦੀ ਨਜ਼ਰ ਵਿੱਚ ਅਦਬ ਦੀ ਕਦਰ ਸੀ। ਉਹ ਦੋਵਾਂ ਪਾਸੇ ਦੀਆਂ ਵੰਡੀਆਂ ਨੂੰ ਪਸੰਦ ਨਹੀਂ ਕਰਦਾ ਸੀ। ਉਸ ਦੇ ਝਗੜੇ ਵਕਤੀ ਅਤੇ ਮਿੱਤਰਤਾਈਆਂ ਸਦੀਵੀ ਸਨ। ਉਹ ਅਕਸਰ ਹੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਆਉਂਦਾ ਅਤੇ ਲਾਹੌਰ ਦੀ ਯਾਦ ਕਰਵਾ ਦਿੰਦਾ। ਇਹ ਬਿਲਕੁਲ ਯਕੀਨ ਨਹੀਂ ਹੋ ਰਿਹਾ ਕਿ ਅਮੀਨ ਹੁਣ ਨਹੀਂ ਆਵੇਗਾ।